ਅੱਤ ਦੀ ਗਰਮੀ ਤੋਂ ਬਾਅਦ ਹੁਣ ਰਾਹਤ ਮਿਲੇਗੀ। ਗਰਮੀ ਦੇ ਝੰਬੇ ਲੋਕਾਂ ਲਈ ਇਹ ਰਾਹਤ ਭਰੀ ਖਬਰ ਹੈ। ਹੁਣ ਪੰਜਾਬ ਦੇ ਵਿੱਚ ਠੰਡੀਆਂ ਹਵਾਵਾਂ ਚੱਲਣਗੀਆਂ। ਵੋਟਿੰਗ ਵਾਲੇ ਦਿਨ ਯਾਨੀ ਕਿ 1 ਜੂਨ ਨੂੰ ਪੰਜਾਬ ਦੇ ਵਿੱਚ ਮੌਸਮ ਬਦਲੇਗਾ, ਮੌਸਮ ਠੰਡਾ ਰਹੇਗਾ। ਠੰਡੀਆਂ ਹਵਾਵਾਂ ਚੱਲਣ ਦੇ ਪੂਰੇ ਆਸਾਰ ਨੇ। ਮੌਸਮ ਵਿਭਾਗ ਦੇ ਵੱਲੋਂ ਇਹ ਭਵਿੱਖਬਾਣੀ ਕੀਤੀ ਗਈ ਹੈ। ਤਾਂ ਦੱਸ ਦਈਏ ਕਿ ਲੋਕਾਂ ਨੂੰ ਤਿੱਖੀ ਧੁੱਪ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਦੇ ਵੱਲੋਂ ਇਹ ਭਵਿੱਖਬਾਣੀ ਕੀਤੀ ਗਈ। ਵੋਟਾਂ ਤੋਂ ਪਹਿਲਾਂ ਮੌਸਮ ਦੇ ਲਈ ਇਹ ਚੰਗੀ ਖਬਰ ਆਈ ਹੈ। ਕੱਲ੍ਹ ਗਰਜ ਦੇ ਨਾਲ ਠੰਡੀਆਂ ਹਵਾਵਾਂ ਚੱਲਣਗੀਆਂ, ਲੋਕਾਂ ਨੂੰ ਲੂ ਤੋਂ ਰਾਹਤ ਮਿਲੇਗੀ। ਪੰਜਾਬ ਦੇ ਵਿੱਚ 7ਵੇਂ ਪੜਾਅ ਦੀ ਵੋਟਿੰਗ ਹੋਣੀ ਹੈ ਤੇ ਲਗਾਤਾਰ ਤਪਦੀ ਗਰਮੀ ਨੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਕਰ ਦਿੱਤਾ। 1 ਜੂਨ ਨੂੰ ਸਵੇਰੇ 7 ਵਜੇ ਤੋਂ ਲੈ ਕੇ 6 ਵਜੇ ਤੱਕ ਵੋਟਿੰਗ ਹੋਣੀ ਹੈ। ਪਰ ਇਸ ਵਾਰ ਮੌਸਮ ਠੰਡਾ ਰਹੇਗਾ, ਠੰਡੀਆਂ ਹਵਾਵਾਂ ਚੱਲਣਗੀਆਂ, ਗਰਮੀ ਘਟੇਗੀ। ਤਾਂ ਲੋਕ ਆਸਾਨੀ ਦੇ ਨਾਲ ਆਪਣੇ ਘਰਾਂ ਦੇ ਵਿੱਚੋਂ ਬਾਹਰ ਆ ਕੇ ਵੋਟ ਪਾ ਸਕਦੇ ਨੇ, ਕਿਉਂਕਿ 1 ਜੂਨ ਨੂੰ ਉਹਨਾਂ ਦਾ ਮੌਸਮ ਸਾਥ ਦੇਵੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮੰਨੀਏ ਤਾਂ ਪੰਜਾਬ ਦੇ ਵਿੱਚ ਕੱਲ੍ਹ ਮੌਸਮ ਦੇ ਵਿੱਚ ਤਬਦੀਲੀ ਆਵੇਗੀ। ਜੋ ਹੀਟ ਵੇਵ ਲਗਾਤਾਰ ਚੱਲ ਰਹੀ ਹੈ, ਉਹਨਾਂ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਤੇ ਲੋਕ ਘਰਾਂ ਦੇ ਵਿੱਚੋਂ ਬਾਹਰ ਆ ਸਕਣਗੇ। ਲੋਕਾਂ ਨੂੰ ਇਸ ਨਾਲ ਵੱਡੀ ਰਾਹਤ ਮਿਲੇਗੀ, ਵੋਟਾਂ ਵੀ ਲੋਕ ਵੱਧ ਚੜ੍ਹ ਕੇ ਪਾ ਸਕਣਗੇ, ਕਿਉਂਕਿ ਕਈ ਸੂਬਿਆਂ ਦੇ ਵਿੱਚ ਜਦੋਂ ਵੱਖ-ਵੱਖ ਪੜਾਵਾਂ ਦੀਆਂ ਵੋਟਾਂ ਹੋਈਆਂ ਉਦੋਂ ਅੱਤ ਦੀ ਗਰਮੀ ਸੀ। ਕਈ ਲੋਕ ਗਰਮੀ ਦੇ ਡਰ ਤੋਂ ਘਰਾਂ ਦੇ ਵਿੱਚੋਂ ਬਾਹਰ ਨਹੀਂ ਆਉਂਦੇ, ਆਪਣੀ ਵੋਟ ਦਾ ਇਸਤੇਮਾਲ ਨਹੀਂ ਕਰਦੇ। ਤਾਂ ਕੱਲ੍ਹ ਮੌਸਮ ਆ ਜਿਹੜਾ ਉਹ ਬਦਲੇਗਾ, ਠੰਡੀਆਂ ਹਵਾਵਾਂ ਚੱਲਣਗੀਆਂ, ਜਿਸ ਕਰਕੇ ਪੰਜਾਬ ਸਣੇ ਕਈ ਸੂਬਿਆਂ ਦੇ ਵਿੱਚ ਜਿੱਥੇ ਚੋਣਾਂ ਹੋ ਰਹੀਆਂ ਨੇ ਉੱਥੇ ਵੋਟ ਜ਼ਿਆਦਾ ਪੈਣ ਦੇ ਪੂਰੇ ਆਸਾਰ ਨੇ। ਮੌਸਮ ਵਿਭਾਗ ਦੇ ਵੱਲੋਂ ਇਹ ਭਵਿੱਖਬਾਣੀ ਕੀਤੀ ਗਈ। ਗਰਮੀ ਦੇ ਝੰਬੇ ਲੋਕਾਂ ਦੇ ਲਈ ਕੱਲ੍ਹ ਦਾ ਦਿਨ ਅਹਿਮ ਰਹੇਗਾ, ਕਿਉਂਕਿ ਠੰਡੀਆਂ ਹਵਾਵਾਂ ਚੱਲਣਗੀਆਂ, ਮੌਸਮ ਬਦਲੇਗਾ। ਇਹ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਭਵਿੱਖਬਾਣੀ ਕੀਤੀ ਗਈ ਹੈ। ਅੱਤ ਦੀ ਗਰਮੀ ਤੋਂ ਬਾਅਦ ਹੁਣ ਰਾਹਤ ਮਿਲੇਗੀ। ਗਰਮੀ ਦੇ ਝੰਬੇ ਲੋਕਾਂ ਲਈ ਇਹ ਰਾਹਤ ਭਰੀ ਖਬਰ ਹੈ। ਹੁਣ ਪੰਜਾਬ ਦੇ ਵਿੱਚ ਠੰਡੀਆਂ ਹਵਾਵਾਂ ਚੱਲਣਗੀਆਂ। ਵੋਟਿੰਗ ਵਾਲੇ ਦਿਨ ਯਾਨੀ ਕਿ 1 ਜੂਨ ਨੂੰ ਪੰਜਾਬ ਦੇ ਵਿੱਚ ਮੌਸਮ ਬਦਲੇਗਾ, ਮੌਸਮ ਠੰਡਾ ਰਹੇਗਾ। ਠੰਡੀਆਂ ਹਵਾਵਾਂ ਚੱਲਣ ਦੇ ਪੂਰੇ ਆਸਾਰ ਨੇ। ਮੌਸਮ ਵਿਭਾਗ ਦੇ ਵੱਲੋਂ ਇਹ ਭਵਿੱਖਬਾਣੀ ਕੀਤੀ ਗਈ ਹੈ। ਤਾਂ ਦੱਸ ਦਈਏ ਕਿ ਲੋਕਾਂ ਨੂੰ ਤਿੱਖੀ ਧੁੱਪ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਦੇ ਵੱਲੋਂ ਇਹ ਭਵਿੱਖਬਾਣੀ ਕੀਤੀ ਗਈ। ਵੋਟਾਂ ਤੋਂ ਪਹਿਲਾਂ ਮੌਸਮ ਦੇ ਲਈ ਇਹ ਚੰਗੀ ਖਬਰ ਆਈ ਹੈ। ਕੱਲ੍ਹ ਗਰਜ ਦੇ ਨਾਲ ਠੰਡੀਆਂ ਹਵਾਵਾਂ ਚੱਲਣਗੀਆਂ, ਲੋਕਾਂ ਨੂੰ ਲੂ ਤੋਂ ਰਾਹਤ ਮਿਲੇਗੀ। ਪੰਜਾਬ ਦੇ ਵਿੱਚ 7ਵੇਂ ਪੜਾਅ ਦੀ ਵੋਟਿੰਗ ਹੋਣੀ ਹੈ ਤੇ ਲਗਾਤਾਰ ਤਪਦੀ ਗਰਮੀ ਨੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਕਰ ਦਿੱਤਾ। 1 ਜੂਨ ਨੂੰ ਸਵੇਰੇ 7 ਵਜੇ ਤੋਂ ਲੈ ਕੇ 6 ਵਜੇ ਤੱਕ ਵੋਟਿੰਗ ਹੋਣੀ ਹੈ। ਪਰ ਇਸ ਵਾਰ ਮੌਸਮ ਠੰਡਾ ਰਹੇਗਾ, ਠੰਡੀਆਂ ਹਵਾਵਾਂ ਚੱਲਣਗੀਆਂ, ਗਰਮੀ ਘਟੇਗੀ। ਤਾਂ ਲੋਕ ਆਸਾਨੀ ਦੇ ਨਾਲ ਆਪਣੇ ਘਰਾਂ ਦੇ ਵਿੱਚੋਂ ਬਾਹਰ ਆ ਕੇ ਵੋਟ ਪਾ ਸਕਦੇ ਨੇ, ਕਿਉਂਕਿ 1 ਜੂਨ ਨੂੰ ਉਹਨਾਂ ਦਾ ਮੌਸਮ ਸਾਥ ਦੇਵੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮੰਨੀਏ ਤਾਂ ਪੰਜਾਬ ਦੇ ਵਿੱਚ ਕੱਲ੍ਹ ਮੌਸਮ ਦੇ ਵਿੱਚ ਤਬਦੀਲੀ ਆਵੇਗੀ। ਜੋ ਹੀਟ ਵੇਵ ਲਗਾਤਾਰ ਚੱਲ ਰਹੀ ਹੈ, ਉਹਨਾਂ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਤੇ ਲੋਕ ਘਰਾਂ ਦੇ ਵਿੱਚੋਂ ਬਾਹਰ ਆ ਸਕਣਗੇ। ਲੋਕਾਂ ਨੂੰ ਇਸ ਨਾਲ ਵੱਡੀ ਰਾਹਤ ਮਿਲੇਗੀ, ਵੋਟਾਂ ਵੀ ਲੋਕ ਵੱਧ ਚੜ੍ਹ ਕੇ ਪਾ ਸਕਣਗੇ, ਕਿਉਂਕਿ ਕਈ ਸੂਬਿਆਂ ਦੇ ਵਿੱਚ ਜਦੋਂ ਵੱਖ-ਵੱਖ ਪੜਾਵਾਂ ਦੀਆਂ ਵੋਟਾਂ ਹੋਈਆਂ ਉਦੋਂ ਅੱਤ ਦੀ ਗਰਮੀ ਸੀ। ਕਈ ਲੋਕ
ਗਰਮੀ ਦੇ ਡਰ ਤੋਂ ਘਰਾਂ ਦੇ ਵਿੱਚੋਂ ਬਾਹਰ ਨਹੀਂ ਆਉਂਦੇ, ਆਪਣੀ ਵੋਟ ਦਾ ਇਸਤੇਮਾਲ ਨਹੀਂ ਕਰਦੇ, ਤਾਂ ਕੱਲ੍ਹ ਮੌਸਮ ਆ ਜਿਹੜਾ ਉਹ ਬਦਲੇਗਾ, ਠੰਡੀਆਂ ਹਵਾਵਾਂ ਚੱਲਣਗੀਆਂ, ਜਿਸ ਕਰਕੇ ਪੰਜਾਬ ਸਣੇ ਕਈ ਸੂਬਿਆਂ ਦੇ ਵਿੱਚ ਜਿੱਥੇ ਚੋਣਾਂ ਹੋ ਰਹੀਆਂ ਨੇ ਉੱਥੇ ਵੋਟ ਜ਼ਿਆਦਾ ਪੈਣ ਦੇ ਪੂਰੇ ਆਸਾਰ ਨੇ। ਮੌਸਮ ਵਿਭਾਗ ਦੇ ਵੱਲੋਂ ਇਹ ਭਵਿੱਖਬਾਣੀ ਕੀਤੀ ਗਈ। ਗਰਮੀ ਦੇ ਝੰਬੇ ਲੋਕਾਂ ਦੇ ਲਈ ਕੱਲ੍ਹ ਦਾ ਦਿਨ ਅਹਿਮ ਰਹੇਗਾ, ਕਿਉਂਕਿ ਠੰਡੀਆਂ ਹਵਾਵਾਂ ਚੱਲਣਗੀਆਂ, ਮੌਸਮ ਬਦਲੇਗਾ। ਇਹ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਭਵਿੱਖਬਾਣੀ ਕੀਤੀ ਗਈ ਹੈ।